ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਆਪਾਂ ਆਏ ਹਾਂ 48 ਦੀ ਮਾਰਕੀਟ ਚੰਡੀਗੜ੍ਹ, ਅਤੇ ਦਿਖਾਉਂਦੇ ਹਾਂ ਤੁਹਾਨੂੰ ਕਿੱਦਾਂ ਕਿੱਦਾਂ ਨੋਵਾ ਦਾ ਜਿਹੜਾ ਪਾਰਟ ਹੈ ਉਹ ਕਿੰਨੇ ਦਾ ਕਿਵੇਂ ਆ, ਕੀ ਗੱਲਬਾਤ ਆ, ਸਾਰੀ ਦੱਸਦੇ ਹਾਂ। ਪੁੱਛ ਲਿਆ, ਭੀੜ ਤਾਂ ਇੱਕ ਨੇ ਰਹਿਣੀ ਹੈ, ਪੁੱਛ ਲਾ। ਦੋਸਤੋ, ਅਸੀਂ ਕਰਾਉਣਾ ਨੋਵਾ ਦਾ ਕੰਮ ਹੁਣ, ਬਾਕੀ ਆ ਤੇਲ ਦੇਖ ਲਓ, ਆਹ ਮਿਲ ਜਾਂਦੇ ਨੇ ਇਹਨਾਂ ਦੇ ਜਸਪਾਲ ਮੋਟਰ ਤੋਂ, ਗੱਡੀ ਦੇ ਇੰਜਣ ਆਇਲ ਸਾਰੇ ਬ੍ਰਾਂਡ ਇਹਨਾਂ ਕੋਲ ਪਏ ਨੇ। ਅਤੇ ਆਪਾਂ ਹੋਰ ਵੀ ਕਾਫੀ ਚੀਜ਼ਾਂ ਚੇਂਜ ਕਰਾਉਣੀਆਂ ਨੇ, ਉਹਨਾਂ ਦਾ ਲਾਉਂਦੇ ਹਾਂ ਹਿਸਾਬ ਕਿਤਾਬ ਕਿਵੇਂ, ਕੀ ਗੱਲਬਾਤ। ਲਿਸਟ ਦੇਖ ਕੇ ਸਾਨੂੰ ਉਹਨੇ ਗਡਾਊਨ 'ਚ ਭੇਜਤਾ, ਅਤੇ ਆ ਜਾਓ ਫਿਰ। ਚਲੋ ਬਾਈ, ਟੇਪ ਲੱਗੀ ਹੋਈ ਯਾਰ ਉੱਪਰ, ਟੇਪ ਹੋਰ ਤਾਂ ਲੈ ਜਾਣੀ ਉੱਪਰ। ਹਾਂ ਠੀਕ ਆ, ਟੇਪ ਹੈਲੂਮੈਕਸ ਦੀ ਹੈ। ਹੈਲੂਮੈਕਸ ਦੀ, ਹਾਂਜੀ। ਚੱਲ ਠੀਕ ਹੈ, ਉਹ ਦੂਜੀ ਦੇਖ ਜਿਹੜੀ ਸਸਤੀ ਵਾਲੀ ਹੈ। ਉਹ ਇਹੀ ਰੀਜਨਲ ਪਾਓ ਜਿਹੀ ਹੈਗੀ ਹੈ, ਤੁਸੀਂ ਹੋਰ ਡਿਜ਼ਾਈਨ 'ਚ ਪਾਓਗੇ ਬੜਾ ਬੜਾ ਹੋ ਜਾਣਾ। ਇਹ ਥੋੜ੍ਹੀ ਸਸਤੇ ਵਾਲੀ ਹੈ, ਫਰਕ ਇਹਦਾ ਵੀ ਕੋਈ ਨਹੀਂ, ਇਹ ਵੀ ਠੀਕ ਆ। ਕੀ ਫਰਕ ਹੈ? ਸਾਰਾ ਨਾ ਅਸੈਂਬਲ ਲੱਗੀ ਹੋਈ ਹੈ ਚੀਜ਼ ਨਾਲ ਇਹਦੇ। ਹਾਂ ਲੱਗੇ ਹੋਏ ਹੋਲਡਰ। ਹਾਂ ਸਾਰੇ ਲੱਗੇ ਹੋਏ। ਹਾਂ ਆਪਾਂ ਕਿਉਂ ਜੀ, ਇਹ ਸਿੰਪਲ ਹੈ ਫਿਰ ਠੀਕ ਹੈ, ਗੱਲ ਵੀ ਸਿੰਪਲ। ਹਾਂ ਮਤਲਬ ਕਿੰਨਾ ਫਰਕ, ਕਿੰਨਾ ਰੇਟ ਦਾ ਫਰਕ ਹੈ? 950 ਦੀ ਆ, ਫਰਕ ਖਾਸਾ ਹੈ। ਉਹ ਉਹਦੇ ਵਿੱਚ ਆਪਣੇ ਵਿੱਚ ਹੋਲਡਰ ਹੈਗੇ, ਆਪਾਂ ਇਹ ਕਿਉਂ ਲੈਣੇ? ਬੰਦ ਘੱਟਾ ਕੋਈ ਟਰਮ ਨਹੀਂ ਜਾਂਦਾ ਉਹ, ਉਹ ਜਦ ਇਹ ਹੋਲਡਰ ਲੱਗ ਗਏ ਚ ਕਿਹੜਾ ਜਾਊਗਾ ਘੱਟਾ ਜਾਂਦਾ। ਮੈਂ ਲਵਾਈਆਂ ਪਹਿਲਾਂ, ਰੰਗ ਫਿੱਟਦਾ, ਰੰਗ ਫਿੱਟਦਾ, ਮੈਂ ਲਵਾਈਆਂ ਪਹਿਲਾਂ, ਮੇਰੇ ਪਹਿਲਾਂ ਇਹੀ ਸੀਗੀਆਂ। ਚਲੋ ਉਹੀ ਲੈ ਦੋ ਭਾਈ, ਉਹੀ ਕੱਢ ਦੇ। ਮੈਂ ਆਨਲਾਈਨ ਮੰਗਾ ਲੈਂਦੇ ਹਾਂ, ਇਹ ਮੰਨਦੇ ਨਹੀਂ ਹੈਗੇ, ਕਹਿੰਦੇ ਵੀ ਇੱਥੇ ਚੈੱਕ ਕਰਕੇ ਪਾਉਣੀ ਆ, ਵਧੀਆ ਅਸੀਂ ਚੈੱਕ ਕਰਾਂਗੇ ਤੇ ਤਸੱਲੀ ਨਾਲ ਪਵਾਵਾਂਗੇ। ਇਹ ਲਾਈਟਾਂ ਨਹੀਂ ਹੈਗੀਆਂ ਉਹਦੀਆਂ, ਆਹ ਲਾਈਟਾਂ ਨਹੀਂ ਹੈਗੀਆਂ, ਥੋੜੀਆਂ ਐਂ ਜੇ ਨੇ। ਇਸ ਤੋਂ ਬਾਅਦ ਅਸੀਂ ਜਾਵਾਂਗੇ ਜਿਹੜੀ ਗੱਡੀ ਦੀ ਚਾਬੀ ਲਵਾਉਣ, ਉਹ ਦੁਕਾਨ ਦਾ ਵੀ ਤੁਹਾਨੂੰ ਦੱਸ ਦਿਆ ਕਿਵੇਂ ਹਿਸਾਬ ਕਿ ਪੁੱਛਿਆ ਤੀ, ਕਹਿੰਦਾ ਅੱਧੇ ਘੰਟਾ ਲੱਗੂਗਾ ਵੀ ਆ ਜਾਇਓ, ਤੇ ਅਸੀਂ ਹੁਣ ਪਹੁੰਚ ਗਏ ਹਾਂ ਚਾਬੀਆਂ ਵਾਲੀ ਦੁਕਾਨ 'ਤੇ। ਇਹ ਸੈਂਟਰ ਲੋਕਿੰਗ ਕਰਨਗੇ, ਇਹਦੇ ਵਿੱਚ ਪਹਿਲਾਂ ਦੂਈ ਚਾਬੀ ਸਿੰਪਲ ਚਾਬੀ ਦੀ, ਅਤੇ ਬਾਈ ਹੁਣੀ ਬਿਜ਼ੀ ਹੈ, ਕਸਟਮਰ ਆਈ ਜਾਂਦੇ ਆ, ਸਵੇਰ ਦਾ ਟਾਈਮ ਹੈ, ਅਤੇ ਅੱਧਾ ਘੰਟਾ ਇਹਨਾਂ ਨੇ ਇੱਥੇ ਲਾਇਆ ਸਾਨੂੰ ਖਾਲਸਾ ਕੀ ਪੁਆਇੰਟ, 3000 ਰੁਪਏ ਦੀ ਚਾਬੀ ਲਾਈ ਇਹਨਾਂ ਨੇ। ਅਤੇ ਹੁਣ ਆ ਗਏ ਆਪਾਂ ਸਪੇਸਰਾਂ ਵਾਲੇ ਬਾਈ ਕੋਲ, ਇਹਦੇ ਸਪੇਸਰ 1200 ਰੁਪਏ ਦੇ ਦਿੱਤੇ ਨੇ ਇਹ, ਅਤੇ ਨਟ ਪਾ ਤੇ ਦੇਸੀ ਜੇ, ਹੁਣ ਆਪਾਂ ਇਹ ਵੀ ਨਟ ਚੇਂਜ ਕਰਾਉਣੇ ਪੈਣੇ ਆ ਇਹਤੋਂ, ਇਹ ਕਹਿੰਦਾ ਇਹੀ ਲੱਗਣਗੇ, ਦੇਖਦੇ ਹਾਂ ਮਿਸਤਰੀ ਕੀ ਕਹਿੰਦਾ। ਅਤੇ 1200 ਰੁਪਏ ਦੇ ਸਪੇਸਰ ਪਾਏ ਅਤੇ ਆਪਾਂ ਇਹਦੇ ਵਿੱਚ 17 ਨੰਬਰ ਰਿਮ ਪੈ ਜਾਣਗੇ, ਫਿਰ ਦੇਖਦੇ ਹਾਂ ਵੀ ਉਹ ਪੈਂਦੇ ਆ ਸੈੱਟ ਆਉਂਦੇ ਆ ਕਿ ਨਹੀਂ। ਅਤੇ ਫਿਰ ਆ ਜਾਓ ਅੱਗੇ ਦਾ ਪ੍ਰੋਸੀਜਰ ਤੁਹਾਨੂੰ ਦਿਖਾਉਂਦੇ ਹਾਂ। 48 ਮਾਰਕੀਟ ਦੇ ਵਿੱਚ ਇੰਨਾ ਕੁ ਕੰਮ ਵੀ ਸੌਖਾ ਹੋ ਜਾਂਦਾ, ਸਾਰੇ ਮਿਸਤਰੀ ਆਪਾਂ ਨੂੰ ਇੱਥੇ ਹੀ ਮਿਲ ਜਾਂਦੇ ਨੇ, ਇੱਧਰ ਉੱਧਰ ਜਾਣ ਦੀ ਲੋੜ ਨਹੀਂ, ਸਪੇਅਰ ਪਾਰਟ ਫੁੱਲ ਮਿਲ ਜਾਂਦਾ। ਲਾਈਟਾਂ ਚੇਂਜ ਹੋਣ ਲੱਗੀਆਂ ਨੋਵਾ ਦੀਆਂ, ਨਵੀਆਂ ਪਾਤੀਆਂ ਆਪਾਂ ਨੇ, ਪੁਰਾਣੀਆਂ ਕੱਢਤੀਆਂ, ਡੈਂਟਰ ਲੱਗਿਆ ਹੁਣ ਫਿੱਟ ਕਰਨ, ਅਤੇ ਛਿੰਦੇ ਹੋਣੀ ਗਏ ਹੋਏ ਉੱਧਰ ਸਮਾਨ ਲੈਣ, ਅਤੇ ਮੈਂ ਪਿੱਛੇ ਤੋਂ ਇੱਧਰ ਆ ਲਾਈਟਾਂ ਦਾ ਕੰਮ ਚਲਾ ਦਿੱਤਾ, ਪਤਾ ਨਹੀਂ ਆ ਕੇ ਗਾਲਾਂ ਖਿੜ ਗਏ, ਟਾਈਮ ਖਰਾਬ ਕਰਨ ਨਾਲੋਂ ਹੈ ਨਾ, ਉੱਥੇ ਵੀ ਜਾਵਾਂਗੇ, ਇੱਥੇ ਆਪਣੇ ਕੋਲ ਆ ਡੈਂਟਰ, ਹੈ ਗਏ ਹੋਏ ਨੇ ਉੱਧਰ ਨੂੰ ਸਮਾਨ ਲੈਣ, ਉਹਨਾਂ ਨੇ ਚਿਮਟੇ ਖੋਲ੍ਹੇ, ਉਹ ਕਹਿੰਦੇ ਬੁਸ਼ ਵੀ ਖਰਾਬ ਨੇ, ਬੁਸ਼ ਲਿਆਉਣੇ ਪੈਣੇ ਆ। ਚਲੋ ਮੈਂ ਚੇਪੀ ਜੀ ਤਾਰ ਲਾਏ ਦੀ, ਅਤੇ ਜੋੜ ਦੇ ਇਹਨੂੰ ਨਾਲ ਆ ਤਾਰ ਦੇ, ਇੱਕ ਮਿੰਟ ਮੈਂ ਚੇਕ ਕਰ ਲੈਂਦਾ, ਪੁੱਛਿਆ ਮਾੜਾ ਜਿਹਾ ਉਹਨੂੰ, ਪੁੱਛਣਾ ਕਿਵੇਂ ਕਰਨਾ, ਇੱਕ ਨਹੀਂ ਲੱਗਣੀ ਹੈ ਨਾਲ, ਬਸ ਠੀਕ ਹੈ। ਲੋੜੇ ਨਹੀਂ ਇਹਨੂੰ ਰਹਿਣ ਦੇ, ਇਹ ਕਿਹੜਾ ਜੁੜੀ ਹੋਈ ਹੈ, ਖੜ੍ਹ ਜਾ ਇੱਕ ਮਿੰਟ, ਜਾਂ ਤਾਂ ਉੱਧਰ ਵੀ ਜੁੜੀ ਹੋਈ, ਇੱਕ ਪਾਸੇ ਜੁੜੀ ਤਾਂ ਹੋਈ ਨਹੀਂ, ਇਹਦੇ ਵਿੱਚ ਦੇਖ ਹੈਗੀ ਡਬਲ ਟੇਪ ਹੈਗੀ ਆ, ਮੈਂ ਲਾ ਹਾਂ ਜਿਹੜਾ ਹੈਗੀ ਆ। ਲਓ ਜੀ ਦੇਖੋ ਤਾਂ ਬਣ ਗਈ ਗੱਲ, ਨਵੀਆਂ ਬਣ ਗਈਆਂ ਲਾਈਟਾਂ, ਔਨਲਾਈਨ ਵੀ ਮਿਲ ਜਾਂਦੀਆਂ 1069 ਰੁਪਏ ਦੀਆਂ, ਅਤੇ ਐਮਾਜੋਨ ਤੋਂ 1465 ਰੁਪਏ ਦੀਆਂ, ਪਰ ਉਹਨਾਂ ਦੀ ਇਹ ਨਹੀਂ ਪਤਾ ਵੀ ਪ੍ਰੋਪਰ ਇੱਦਾਂ ਦੀ ਫਿਟਿੰਗ ਆਊਗੀ, ਇਹਨਾਂ ਦੀ ਫਿਟਿੰਗ ਆ ਗਈ ਪੂਰੀ ਪ੍ਰੋਪਰ, ਅਤੇ ਹੁਣ ਕਰਦੇ ਹਾਂ ਮੂਹਰਲੀਆਂ ਫਿੱਟ।
ਕਰਾਉਣੀ ਹੈ ਤਾਂ ਅਸੀਂ ਇਹ ਬਬਲੂ ਡੈਂਟਰ ਤੋਂ ਦੀ, ਪਰ ਉਹਦੇ ਕੋਲ ਟਾਈਮ ਨਹੀਂ ਹੁੰਦਾ ਛੋਟੇ ਮੋਟੇ ਕੰਮ ਲਈ, ਇਸ ਲਈ ਇੱਥੇ ਹੀ ਕਰਾ ਲਈਆਂ। ਕਰ ਤਾਂ ਉਹਨੇ ਵੀ ਦੇਣੀਆਂ ਸੀ, ਪਰ ਗੱਡੀ ਸਵੇਰੇ ਭੇਜਣੀ ਹੈ ਤਾਂ ਕਰਕੇ ਇੱਥੇ ਕਰਾਉਣੀਆਂ ਪੈ ਗਈਆਂ। ਜਦ ਗੱਡੀ ਖੁੱਲਦੀ ਆ ਫਿਰ ਨਵੇਂ ਨਵੇਂ ਕੰਮ ਛੱਡ ਦਿੰਦੇ ਨੇ, ਕਦੇ ਬੁਸ਼ ਕੱਟ ਨਹੀਂ ਹੈਗੀ, ਕਦੇ ਉਹ ਨਹੀਂ। ਆਹ ਲੋਕ ਲੂਕ 'ਚ ਸਾਂਭ ਕੇ ਰੱਖ ਲਈ ਕਿਸੇ, ਠੀਕ ਹੈ। ਬੰਪਰ ਵੀ ਹੋਇਆ ਹੋਇਆ ਪੇਂਟ, ਤੈਨੂੰ ਦੇਖਦਾ ਨਹੀਂ? ਕੰਪਨੀ ਕਾ ਪੇਂਟ ਹੈ? ਨਹੀਂ ਨਹੀਂ, ਬਬਲੂ ਡੈਂਟਰ ਆ ਸਾਡਾ, ਉਹਨੇ ਕਰਿਆ ਇਹਨੂੰ ਬੰਪਰ ਨੂੰ ਪੇਂਟ। ਉਹ ਕਰਾਉਂਦਾ ਇੱਕਣ ਸਿਰਾ, ਕੰਪਨੀ ਵਾਲੇ ਕੰਮ ਉਹੀ ਕਰਦਾ ਹੈ ਸਾਰੇ। ਜਦੋਂ ਪੁਰਾਣੀ ਗੱਡੀ ਖੁੱਲਦੀ ਹੈ ਉਹਦਾ ਪਤਾ ਨਹੀਂ ਕੀ ਪਾਰਟ ਆਪਾਂ ਨੂੰ ਪਾਉਣਾ ਪੈ ਜਾਵੇ, ਅਤੇ ਫਿਰ ਵੀ ਜਦ ਤੁਸੀਂ ਗੱਡੀ ਕੋਈ ਲੈਂਦੇ ਹੋ ਪੁਰਾਣੀ, 30-35 ਹਜ਼ਾਰ ਰੁਪਇਆ ਲਾ ਚੁੱਕੇ ਇਹਦੇ ਪਰ, ਠੀਕ ਹੈ। ਅਤੇ ਹੁਣ ਅਸੀਂ ਚੱਲੇ ਹਾਂ ਛਿੰਦੇ ਵਾਲੀ ਗੱਡੀ 'ਚ ਟਾਇਰ ਪਾਉਣ। ਕੱਲ੍ਹ ਇਹਦਾ 30-40 ਹਜ਼ਾਰ ਅਸੀਂ ਲਵਾਇਆ ਜੀ ਚੰਗੀ ਤਰ੍ਹਾਂ। ਕੱਲ੍ਹ ਫਿਰ ਥੱਕ ਗਿਆ ਇਹ, ਥੱਕ ਕੇ ਫਿਰ ਇਹਨੇ ਟੈਂਸ਼ਨ ਭੁਲਾ ਦਿੱਤੀ ਸ਼ਾਮ ਨੂੰ। ਉਹ ਕਾਰਵਾਈ ਕਰਨ ਤੋਂ ਬਾਅਦ ਅੱਜ ਫਿਰ ਇਹਦਾ 30-35 ਹਜ਼ਾਰ ਲਵਾਇਆ ਹੋਣਾ ਅਸੀਂ, 3-4 ਜਣੇ ਅਸੀਂ ਇਕੱਠੇ ਹੋਏ ਜਾਂਦੇ ਹਾਂ। ਅਤੇ ਤੁਹਾਨੂੰ ਦੱਸਦੇ ਹਾਂ ਫਿਰ ਉੱਥੇ ਕਿਵੇਂ ਪੈਂਦੇ ਆ ਟਾਇਰ, ਅਤੇ ਕਿਹੜੀ ਕੰਪਨੀ ਦੇ ਪਾਉਂਦਾ ਹੈ ਇਹ। ਹੁਣ ਕਹਿੰਦਾ ਚੌੜੇ ਚੌੜੇ ਪਾਉਣੇ ਜਿਹੋ ਜਿਹੇ ਤੇਰੇ ਵਾਲੀ ਗੱਡੀ 'ਚ ਪਏ ਨੇ। ਮੈਂ ਵੀਰ ਆ ਜਾ ਫਿਰ ਤੈਨੂੰ ਪਵਾ ਦਿੰਦੇ ਹਾਂ ਚੌੜੇ ਟਾਇਰ। ਹੁਣ ਅਸੀਂ ਦੇਖਦੇ ਹਾਂ ਉੱਥੇ, ਸਲਾਹ ਕਰਦੇ ਹਾਂ ਦੁਕਾਨ ਵਾਲੇ ਨਾਲ ਵੀ ਕਿਹੜੇ ਵਧੀਆ ਨੇ। ਭਜਾਉਂਦੇ ਹੀ ਬਹੁਤ, ਇੱਕ ਤਾਂ ਗੱਡੀ ਕੈਮਰਾ ਵੀ ਹਿੱਲੀ ਜਾਂਦਾ, ਬਾਕੀ ਬਾਬੇ ਦੀ ਕਿਰਪਾ ਨਾਲ ਜਿਹੜੇ ਪਸੰਦ ਆਉਣਗੇ ਫਿਰ ਉਹ ਪਾ ਲੈਣੇ ਅਸੀਂ, ਠੀਕ ਹੈ। ਪਹੁੰਚ ਗਏ ਅਸੀਂ ਹੇਮ ਟਾਇਰ ਵਾਲਿਆਂ ਦੇ ਬਾਈ। ਕਹਿੰਦੇ ਆਹ ਟਾਇਰ ਕਾਹਦਾ? ਜਹਾਜ਼ ਕਿਹੜੀ ਮਸ਼ੀਨ ਹੈ ਇਹ ਜੀ? ਇਹ ਚੱਲ 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 ਕਹਿ ਬਾਈ ਸਰਾਈਏ ਟਾਇਰ ਲਓ ਜੀ, ਦੇਖ ਲਓ ਟਾਇਰ ਹੀ ਟਾਇਰ ਪਏ, ਆਹ ਜਹਾਜ਼ ਦੇ ਟਾਇਰ ਵੀ ਪਏ ਨੇ ਬਾਈਆਂ ਦੇ। ਰੇਟ ਪਿਆ ਦੱਸੇ ਆਹ, ਮੈਨੂੰ ਤਾਂ ਵਧੀਆ ਲੱਗੇ। ਪੰਤਾਲੀ ਸੌ ਦਾ, 5 ਹਜ਼ਾਰ ਦਾ ਆਏ ਵਾਲਾ, ਕਿੰਨੇ ਦਾ? ਇਹ ਆ ਜੀ ਹੇਮ ਟਾਇਰ ਵਾਲਿਆਂ ਦਾ ਗਡਾਊਨ। ਇਹਨਾਂ ਦੀ ਦੁਕਾਨ 'ਤੇ ਕਿਸੇ ਟਾਈਮ ਸਿੱਧੂ ਮੂਸੇ ਵਾਲਾ ਵੀ ਆਇਆ, ਪਤਾ ਨਹੀਂ ਹੁੰਦਾ ਬੰਦੇ ਦਾ ਕਦੋਂ ਅਤੇ ਕਿਵੇਂ ਕੀ ਹੋ ਜਾਣਾ। ਅਤੇ ਉਹ ਵੀ ਟਾਇਰ ਟਰੈਕਟਰ ਦੇ ਦੇਖਣ ਆਇਆ ਦੀ, ਮੈਂ ਵੀਡੀਓ ਦੇਖੀ ਦੀ ਇਹਦੀ। ਅਤੇ ਇਹ ਪੁਰਾਣੇ ਟਾਇਰ ਵੀ ਟਰੈਕਟਰਾਂ ਦੇ, ਹੋਰ ਗੱਡੀਆਂ ਦੇ, ਕਾਰਾਂ ਦੇ, ਟੋਟਲੀ ਇਹਨਾਂ ਕੋਲ ਗਡਾਊਨ 'ਚ ਪਏ ਨੇ। ਪੁਰਾਣੇ ਵੀ ਮਿਲ ਜਾਂਦੇ, ਨਵੇਂ ਵੀ ਮਿਲ ਜਾਂਦੇ ਨੇ, ਜਿਹੜਾ ਵਰਾਇਟੀ। ਬਾਕੀ ਤੁਸੀਂ ਫੋਨ ਕਰਕੇ ਵੀ ਤੁਸੀਂ ਪੁੱਛ ਸਕਦੇ ਹੋ, ਮੈਂ ਨੰਬਰ ਇਹਨਾਂ ਦਾ ਡਿਸਕ੍ਰਿਪਸ਼ਨ 'ਚ ਦੇ ਦੂੰਗਾ। ਇੱਥੋਂ ਤੁਸੀਂ ਨਵੇਂ ਤੋਂ ਨਵਾਂ, ਪੁਰਾਣੇ ਤੋਂ ਪੁਰਾਣਾ, ਸਾਰੀ ਕੁਆਲਿਟੀਆਂ ਦੇ ਟਾਇਰ ਲੈ ਸਕਦੇ ਹੋ। ਆਪਣੇ ਵਾਲੀ ਗੱਡੀ 'ਚ ਹੈਗਾ 255-60-15, ਅਤੇ ਹੁਣ ਇਹ ਚਾਹੁੰਦਾ ਉਹ ਜਿਹੀ ਮੈਂ ਪਾਵਾਂ, ਦੇਖਦੇ ਹਾਂ ਹੁਣ ਕਿਹੜੀ ਕੁਆਲਿਟੀ ਦੇ ਮਿਲਦੇ ਹਾਂ। ਬਾਈ ਕਹਿੰਦਾ ਸਾਡੇ ਕੋਲ 17 ਨੰਬਰ ਰਿੰਗ ਅਤੇ ਟਾਇਰ ਪਏ ਆ, ਵੀ ਜੇ ਉਹ ਤੁਹਾਨੂੰ ਫਿੱਟ ਆਉਂਦੇ ਤਾਂ ਇਹਨੂੰ ਕਰਾ ਕੇ ਦੇਖਦੇ ਹਾਂ। ਫਿੱਟ ਪੂਰਾ ਫਿੱਟ ਆ ਗਿਆ, ਜਿੰਨੇ ਮੇਰੇ ਬਾਹਰ ਆ ਚੌੜੇ ਟਾਇਰ ਉਨੇ ਹੀ ਇਹ ਲਾਏ ਪਾਉਣ ਕਰਕੇ ਉਨੇ ਕੇ ਬਾਹਰ ਆਏ ਨੇ, ਜ਼ਿਆਦਾ ਬਾਹਰ ਨਹੀਂ ਆਏ, ਠੀਕ ਨੇ। ਅਤੇ ਦੱਸਿਓ ਕਿੱਦਾਂ ਦੇ ਲੱਗੇ? ਜੈੱਕ ਲਾ ਦੇ, ਕੱਢ ਦੇ ਜੈੱਕ ਬਾਹਰ, ਕਿਆ ਹਿਸਾਬ ਲਾਈ ਇਹਨਾਂ ਨੂੰ? 8 ਹਜ਼ਾਰ ਦੇ ਸਾਡੇ ਟਾ ਪੁਰਾਣੇ ਉਹ ਲਾਏ ਅਤੇ ਟਾਇਰ ਕੱਟੇ ਗਏ। ਕੱਟ ਦੂਏ ਪਾਸੇ ਨੂੰ, ਠੀਕ ਆ, ਨਹੀਂ ਲੱਗਦਾ ਮੂਹਰੇ ਨੂੰ ਨਹੀਂ ਡਰ ਹੁੰਦਾ ਜ਼ਿਆਦਾ, ਪਿੱਛੇ ਦਾ ਡਰ ਆ ਗਿਆ, ਬ੍ਰੇਕਾਂ ਮਾਰੇ ਤੇ ਰਫਤ ਪਿੱਛੇ ਨੂੰ ਹੋ ਜਾਂਦੀ ਹੈ। ਸਟਿਪਣੀ 'ਚ ਵੀ ਲਾਏ ਪਾਉਣਾ? ਹਾਂ ਜੀ, ਹਾਂ ਲਾਏ ਉਹ 'ਚ ਵੀ, ਠੀਕ ਹੈ। ਪਿੱਛੇ ਡਿੱਗੀ 'ਤੇ ਲਵਾ ਦਿੰਦੇ ਹਾਂ? ਡਿੱਗੀ 'ਤੇ ਲਵਾਉਣੀ ਹੈ, ਜਗਾੜ ਬਣਾ ਕੇ ਆਪਾਂ ਨੇ ਸਟਿਪਣੀ, ਠੀਕ ਹੈ। ਇਹ ਹੈਗੇ ਨੇ ਜੀ ਇੱਥੇ ਦੇ ਓਨਰ, ਮੇਨ ਓਨਰ, ਵਧੀਆ ਬੰਦੇ ਨੇ। ਹੁਣ ਥੋੜ੍ਹਾ ਜਿਹਾ ਕੰਮ 'ਚ ਬਿਜ਼ੀ ਹਾਂ, ਉਦੋਂ ਤੱਕ ਮੈਂ ਤੁਹਾਨੂੰ ਪੂਰੇ ਸ਼ੋਰੂਮ ਦਾ ਝਾਤੀ ਮਰਾ ਦਾਂ। ਸਾਰੀਆਂ ਵਰਾਇਟੀਆਂ ਇਹਨਾਂ ਕੋਲ ਪਈਆਂ, ਅਲਾਏ ਦੀਆਂ, ਟਾਇਰਾਂ ਦੀਆਂ, ਕਿਸੇ ਵੀ ਕੁਆਲਿਟੀ ਦਾ ਤੁਸੀਂ ਲੈ ਸਕਦੇ ਹੋ। ਬਾਕੀ ਤੁਸੀਂ ਨੰਬਰ ਮੈਂ ਤੁਹਾਨੂੰ ਡਿਸਕ੍ਰਿਪਸ਼ਨ 'ਚ ਦੇ ਦੂੰਗਾ, ਫੋਨ ਕਰਕੇ ਤੁਸੀਂ ਪੁੱਛ ਲਿਓ। ਰੇਟ ਵਗੈਰਾ ਵੱਧਦੇ ਘੱਟਦੇ ਰਹਿੰਦੇ ਨੇ, ਮਤਲਬ ਜੈਨੂਅਨ ਅਤੇ ਜਾਇਜ਼ ਰੇਟ ਲਾਉਂਦੇ ਨੇ, ਇੰਨਾ ਕੁ ਮੈਨੂੰ ਪਤਾ, ਕਿਉਂਕਿ ਅਸੀਂ ਟਰੈਕਟਰ ਦੇ ਵੀ ਪਾਏ ਸੀ। ਵਧੀਆ ਰੇਟ ਦਿੰਦੇ ਨੇ ਸਾਰੇ, ਮਤਲਬ ਡੀਲਿੰਗ ਬਹੁਤ ਵਧੀਆ ਕਰਦੇ ਨੇ, ਲੈਸ ਵੀ ਕਰ ਦਿੰਦੇ ਨੇ ਤੁਸੀਂ, ਜਿੰਨਾ ਹੋ ਸਕਿਆ ਕਰਨਗੇ ਵੱਧ ਤੋਂ ਵੱਧ, ਨਾ ਕਿ ਰੇਟ ਵਧੀਆ ਹੀ ਦੱਸਦੇ ਨੇ ਇਹ, ਜਿਹੜਾ ਕਿ ਦੂਜੀਆਂ ਦੁਕਾਨਾਂ ਨਾਲੋਂ ਥੋੜ੍ਹਾ ਬਹੁਤਾ ਨੋਰਮਲ ਹੀ ਹੁੰਦਾ। ਤੁਸੀਂ ਅੱਗੇ ਪਿੱਛੇ ਪਤਾ ਕਰਕੇ ਆ ਸਕਦੇ ਹੋ। ਖੁਸ਼ ਆ ਹੁਣ? ਕਿੰਨੇ ਪੈਸੇ ਲੱਗ ਗਏ? ਤਾਂ ਵੀ 21 ਹਜ਼ਾਰ ਦੇ, 21 ਹਜ਼ਾਰ ਦੇ ਲਾਏ। ਟਾਇਰ ਕਿੰਨੇ ਦੇ ਪਏ ਆ? 5 ਹਜ਼ਾਰ ਦਾ ਇੱਕ ਟਾਇਰ ਹੈ,
55 ਸਾਲ 34 ਯਾਰ ਲੱਗ ਗਿਆ ਵਿੱਚ ਲਾਏ ਕੱਟ ਕੇ ਬਣ ਗਈ ਗੱਲ ਚੱਲ ਹੁਣ ਨਿਜ਼ਾ ਰਹੂ ਸਾਲ ਘਬਰਾਇਆ ਨਾ ਕਰ ਪੈਸੇ ਦਾ ਕੀ ਹੈ ਪੈਸੇ ਨਾਲ ਥੋੜੀ ਜਾਣਾ ਟੋਟਲ ਕਿੰਨੇ ਪੈਸੇ ਲੱਗ ਗਏ ਉਹ ਦੱਸ ਕੱਲ ਕਿੰਨੇ ਲਾਏ ਅੱਜ ਕਿੰਨੇ ਲੱਗੇ ਆ ਕੱਲ ਲੱਗ ਗਿਆ ਆਪਣਾ 36,000 36,000 ਕੀ ਕਰਾਇਆ ਉਹ ਚ 36,000 ਗਿਆ ਇੰਨਾ ਕਿਆ ਕਰਾਤਾ ਤੈਨੂੰ ਬਹੁਤ ਕੁਛ ਕਰਾਤਾ ਕੀ ਤੇ ਪਰਚੀ ਮੈਂ ਪਰਚੀ ਵਾਲੇ ਸਾਰੀਆਂ ਰੇਟ ਲਿਸਟ ਬੋਲ ਦਿੰਦਾ ਵਿੱਚ ਕੋਈ ਮੇਰੇ ਵਰਗਾ ਹੋਰ ਵੀ ਕਰਾਉਣੇ ਵਾਲਾ ਹੁੰਦਾ ਵੀ ਇੰਨਾ ਖਰਚਾ ਜੇਬ 'ਚ ਪਾ ਕੇ ਭਾਈ ਫੇਰ ਗੱਡੀ ਖਿਲਾਇਓ ਬੰਪਰ ਪੇਂਟ ਤੇ 8,000 ਰੁਪਇਆ ਲਾਤਾ ਪਿਆ ਹੈ ਨਾ 10,000 ਤਾਂ ਲਾਈਟਾਂ ਤੇ ਫੋਗ ਲੈਂਪ ਇਜੈਕਟਰ ਕਲੀਨਰ ਏਸੀ ਫਿਲਟਰ ਸਾਰੇ ਫਿਲਟਰ ਲੈ ਲਾ 3,000 ਦਾ ਸੈਂਟਰ ਲੋਕਿੰਗ ਕਰਾਈ ਦੀ ਉਹ ਤਾਂ ਭੁੱਲੇ ਗਏ 3,000 'ਚ ਲੱਗੀ ਹੈ ਚਾਬੀ ਨਵੀਂ ਹੈ ਨਾ ਰਿਮੋਟ ਵਾਲੀ ਤੇ 1,200 ਰੁਪਏ ਦੇ ਸਪੈਸਰ ਪਵਾਏ ਨੇ ਆਪਾਂ ਜਿਹੜੇ ਉੱਚੀ ਕਰ ਦਿੰਦੇ ਨੇ ਮੂਹਰੇ ਤੋਂ ਗੱਡੀ ਨੂੰ ਹੈਨਾ ਤੇ 2,500 ਰੁਪਏ ਦਾ ਬੁਸ਼ਕਟਰ ਆ ਗਈ ਸਾਰੀ ਉਹ 450 ਦੀ ਸਪੋਰਟ ਰੋਡ ਜਿਹੜੀ ਅਲੱਗ ਤੋਂ ਥੱਲੇ ਪਾਈ ਆ ਉਹਨੇ 1,100 ਰੁਪਇਆ ਡੈਂਟਿੰਗ ਵਾਲੇ ਨੇ ਲੈ ਲਿਆ ਜਿਹਨੇ ਲਾਈਟਾਂ ਫਿੱਟ ਕਰੀਆਂ ਆ 540 ਰੁਪਏ ਬ੍ਰੇਕਾਂ ਦਾ ਨਟ ਜਿਹਾ ਆ ਗਿਆ ਇੱਕ ਛੋਟੇ ਜਿਹੇ ਨਟ ਜੀ ਗੁੱਲੀ ਜੀ ਦੀ 540 ਦੀ ਲਾਈਟ ਦਾ ਟੱਕਣ 21,000 ਮਿਸਤਰੀ ਨੂੰ ਹੈ ਨਾ 750 ਦਾ ਹੋਰ ਸਮਾਨ 2,200 ਦਾ ਹੋਰ ਲਟਰਨ ਪਟਰਨ ਬਹੁਤ ਕੁਛ ਲੱਗ ਗਿਆ ਟੋਟਲ 32,000 ਹੋ ਗਿਆ ਹੈ ਪਿੱਛੇ ਵਾਲੀ 22,000 2,200 ਦਾ ਕੀ ਆ ਇਹ ਜਿਹੜੀ ਪਿੱਛੇ ਡਿੱਗੀ ਤੇ ਲੱਗਦੀ ਆ ਫੱਟੀ ਜੀ ਇੱਕ ਆ ਜਿਹੜੇ ਸੀਸਿਆਂ ਦੇ ਲੱਗਦੇ ਆ ਹੋਰ ਵਾਈਜ਼ਰ ਕੱਲ ਦੀ ਮੰਨੀ ਨੀ ਕੱਲ ਇਹ ਤੰਗ ਹੋ ਗਿਆ ਸਾਡੇ ਤੋਂ ਜਾ ਕੇ ਕਹਿੰਦਾ ਅੱਜ ਦੇ ਬਾਅਦ ਤੁਹਾਡੇ ਨਾਲ ਨੀ ਆਉਂਦਾ ਚਲੋ ਕੁੱਲ ਮਿਲਾ ਕੇ ਗੱਡੀ ਦਾ ਕੰਮ ਹੋ ਗਿਆ ਹੁਣ ਵਧੀਆ ਸਾਲ ਦੋ ਸਾਲ ਆਰਾਮਦਾਰੀ ਰਹੂ ਹੌਲੀ ਹੌਲੀ ਜਾ ਰਹੇ ਅਸੀਂ ਮਨਾਲੀ ਨੂੰ ਘੁੰਮਣ ਨਾ ਹੁਣ ਮਨਾਲੀ ਜਾਣਗੇ ਫਿਰ ਮੈਨੂੰ ਰਾਹ ਚ ਲਾ ਜਾਣਗੇ ਬਰਫ ਠੰਡੇ ਮੁਲਕ ਘੁੰਮ ਕੇ ਆਉਣਗੇ ਘੁੰਮ ਕੇ ਆਉਣਗੇ ਮੈਂ ਨਹੀਂ ਜਾਂਦਾ ਨੇ ਸਾਡੇ ਇਹ ਖੁੱਲਦੇ ਨੇ 12 ਤੋਂ 2 ਵਜੇ ਤੱਕ ਬਾਬਾ ਜੀ ਆਪਣੀ ਸਮਾਧੀ ਚ ਲੈਂਦੇ ਆਪਣੀ ਸਮਾਧੀ ਤੇ ਬੈਠੇ ਨੇ 12 ਤੋਂ 2 ਵਜੇ ਤੱਕ ਚਲੋ ਠੀਕ ਹੈ ਓਕੇ ਬਾਏ ਮਿਲਦੇ ਹਾਂ ਫਿਰ ਕਿਸੇ ਹੋਰ ਅਗਲੀ ਵੀਡੀਓ 'ਚ ਤਦ ਤੱਕ ਲਈ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੇ ਵਧੀਆ ਲੱਗੀ